ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਹੁਕਮਨਾਮਾ ਤੇ ਵਿਚਾਰ, ਸਲੋਕ ਮਹਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਦਾ ਜਾ ਖਾਇਆ, ਮਨਮੁਖ ਖਾਦੇ ਗੁਰਮੁਖ ਉਭਰੇ ਜਿਨ ਸੱਚ ਨਾਮ ਚਿਤ ਲਾਇਆ, ਬਿਨ ਨਾਵੇਂ ਜਾ ਕਮਲਾ ਫਿਰਿਆ ਗੁਰਮੁਖ ਨਗਰੀ ਆਇਆ। ਧੰਦਾ ਕਰਦਿਆਂ ਨੇ ਫਲ ਜਨਮ ਗਵਾਇਆ, ਸੁਦਾਤਾ ਮਨ ਨਾ ਵਸਾਇਆ। ਨਾਨਕ ਨਾਮ ਜਿਨ੍ਹਾਂ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ, ਮਹਿਲਾ ਤੀਜਾ। ਕਾਰੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾ ਸਾਧਨਾ ਪਾਇਆ, ਜਿਉਂ ਕਸ ਤੁਰੀ ਮਿਰਗ ਨਾ ਜਾਣਿਆ, ਭਰਮ ਦਾ ਭਰਮ ਭੁਲਾਇਆ। ਅੰਮ੍ਰਿਤ ਅਜ ਬਿਖ ਸੰਗ੍ਰਹਿ, ਕਰਤਾ ਆਪ ਖੁਆਇਆ, ਗੁਰਮੁਖ ਵਿਰਲੇ ਸੋਝੀ ਪਈ, ਤਿਨਾ ਅੰਤਰ ਬ੍ਰਹਮ ਦਿਖਾਇਆ, ਤਨ ਮਨ ਸੀਤਲ ਹੋਇਆ, ਰਸਨਾ ਹਰ ਸਾਧ ਆਇਆ, ਸ਼ਬਦੀ ਨਾ ਉਪਜੈ, ਸ਼ਬਦੀ ਮੇਲ ਮਿਲਾਇਆ, ਬਿਨ ਸ਼ਬਦ ਹੈ ਸਭ ਜਗ ਬੋਰਾਨਾ, ਬਿਰਥਾ ਜਨਮ ਗੁਆਇਆ, ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਪੌੜੀ ਸੁਹਰ ਪੁਰਖ ਅਗਮ ਹੈ, ਕੋ ਕਿਤ ਵਿਦ ਪਾਈਐ, ਇਸ ਰੂਪ ਨਰੇਖ ਦ੍ਰਿਸ਼ਟ ਕਹਿ ਕੋ ਜਨ ਕਿਉ ਧਿਆਈਐ, ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈਐ, ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ, ਗੁਰਪੂਰੇ ਵੇਖਾ ਲਿਆ ਗੁਰ ਸੇਵਾ ਪਾਈਐ। ਵਿਆਖਿਆ ਸਿੰਘ ਜੀ ਅੰਗ ਹੈ 643-644। ਸਲੋਕ ਮਾਲਾ ਤੀਜਾ। ਮਾਇਆ ਦੀ ਪ੍ਰਣਤ ਭਾਵੇ ਖਿਆਲ ਕਿ ਇਹ ਸ਼ੈ ਮੇਰੀ ਹੈ, ਇਹ ਧਨ ਮੇਰਾ, ਮਨ ਨੂੰ ਮੋਹਣ ਵਾਲੀ ਹੈ, ਇਸਨੇ ਸੰਸਾਰ ਨੂੰ ਬਿਨੰਦਨਾ ਤੋਂ ਹੀ ਖਾ ਲਿਆ, ਭਾਵ ਸਮੁੱਚਾ ਯਾਨੀ ਪੂਰੇ ਪੂਰੇ ਨਿਕਲ ਲਿਆ। ਮਨਮੁਖ ਇਸ ਮਮਤਾ ਜੀ ਰਸੇ ਗਏ ਨੇ, ਜਿਹਨਾਂ ਗੁਰਮੁਖਾਂ ਦੇ ਸੱਜੇ ਰਾਜ ਜੋੜਿਆ ਨਾ, ਉਹ ਬਚ ਗਏ ਨੇ। ਵਾਹ ਜਾ ਬੱਲੇ ਬੱਲੇ, ਸਤਿਗੁਰ ਦੇ ਸਨਮੁਖ ਹੋ ਕੇ ਇਹ ਦਿਸ ਪੈਂਦਾ ਹੈ ਕਿ ਸੰਸਾਰ ਨਾਮ ਤੋਂ ਬਿਨਾਂ ਕਮਲ ਹੋਇਆ ਪੜਦਾ। ਮਾਂ ਜੀ ਕਦੀ ਇਹ ਕਰਦਿਆਂ ਮਨੁੱਖਾ ਜਨਮ ਨਿਸਰ ਗਵਾ ਲੈਂਦਾ ਤੇ ਸੁਦਾਤਾ ਨਾਮ ਮਨ ਵਿਚ ਨਹੀਂ ਵਸਾਉਂਦਾ, ਪਰ ਹੇ ਨਾਨਕ ਨਾਮ ਉਹਨਾਂ ਮਨੁੱਖਾਂ ਨੂੰ ਮਿਲਦਾ ਜਿਨ੍ਹਾਂ ਦੇ ਹਿਰਦੇ ਚ ਮੁੱਢ ਤੋਂ ਕੀਤੇ ਕਰਮਾਂ ਦੇ ਅਨੁਸਾਰ ਸੰਸਕਾਰ ਉਲੇਖ ਹੋ ਕੇ ਪ੍ਰਭੂ ਨੇ ਰੱਖ ਦਿੱਤਾ। ਵਾਹ ਕਿਆ ਬਾਤ। ਮਹਿਲਾ ਤੀਜਾ। ਨਾਮ ਰੂਪਨਤਾ ਸਿੰਘ ਜੀ ਉਹਦੇ ਹਿਰਦੇ ਰੁਜ਼ਗਾਰ ਚ ਭਰਿਆ ਹੋਇਆ, ਪਰ ਮਨਮੁੱਖਾ ਉਹਦਾ ਸਵਾਦ ਨਹੀਂ ਆਉਂਦਾ। ਜਿਵੇਂ ਹਰਨ ਆਪਣੀ ਨਾਭੀ ਤੋਂ ਸੂਰਜ ਨਹੀਂ ਸਮਝਦਾ ਨਾ, ਬਰਜ ਭੁਲਾਇਆ ਭਟਕਦਾ ਹੈ, ਤੇ ਮਨਮੁੱਖ ਨਾਮ ਅੰਮ੍ਰਿਤ ਨੂੰ ਛੱਡ ਕੇ ਵਿਹੋ ਯਾਨੀ ਜ਼ਹਿਰ ਨੂੰ ਇਕੱਠਾ ਕਰ ਲਿਆ, ਪਰ ਉਸਦੇ ਕੀ ਬਸ। ਕਰਤਾਰ ਨੇ ਉਸਦੇ ਪਿਛਲੇ ਕਿੱਤੇ ਅਨੁਸਾਰ ਉਸਨੂੰ ਆਪ ਖੁਝਾਇਆ ਜੇ ਮੋਦੀ ਨੂੰ, ਵਿਰਲੇ ਗੁਰਮੁਖਾਂ ਨੂੰ ਸਮਝ ਪੈਂਦੀ ਹੈ, ਉਹਨਾਂ ਨੇ ਹਿਰਦੇ ਵਿੱਚ ਵਾਤਾਂ ਦਿਸ ਪੈਂਦਾ, ਉਹਨਾਂ ਦਾ ਮਨ ਤੇ ਸਰੀਰ ਠੰਡੇ ਠਾਰ ਹੋ ਜਾਂਦੇ, ਜੀਵ ਨਾਲ ਜਪ ਕੇ ਉਹਨਾਂ ਦਾ ਸਵਾਦ ਆ ਜਾਂਦਾ। ਸਤਿਗੁਰ ਦੇ ਸ਼ਬਦ ਨਾਲ ਹੀ ਨਾਮ ਦਾ ਅੰਗੂਰ ਜੁਗਦਾ, ਤੇ ਸ਼ਬਦ ਹੀ ਰਾਹੀਂ ਹਰੀ ਨਾਲ ਮੇਲ ਹੁੰਦਾ, ਸ਼ਬਦ ਤੋਂ ਬਿਨਾਂ ਸਾਰਾ ਸੰਸਾਰ ਪਾਗਲ ਹੈਗਾ। ਤੇ ਮਨੁੱਖਾ ਜਨਮ ਵਿਅਰਥ ਗੁਆਉਂਦਾ ਹੈ, ਇਹ ਨਾਨਕ ਗੁਰੂ ਦਾ ਇੱਕ ਸ਼ਬਦ ਹੀ ਆਤਮ ਗਿਆਨ ਦੇਣ ਵਾਲਾ ਜਲ ਹੈ ਜੋ ਸਤਿਗੁਰ ਸਾਨੂੰ ਨੂੰ ਮਿਲਦਾ। ਬੋੜੀ ਇਹ ਭਾਈ ਦੱਸ, ਉਹ ਹਰੀ ਜੋ ਅਗਾਮ ਪੁਰਖ ਹੈ ਨਾ, ਕਿਸ ਤਰ੍ਹਾਂ ਮਿਲ ਸਕਦਾ ਹੈ? ਵਾਹ ਜੀ, ਉਸਦਾ ਕੋਈ ਰੂਪ ਹੈ, ਕੋਈ ਰੇਖ ਨਹੀਂ, ਉਸਦਾ ਕੋਈ ਰੂਪ ਹੀ ਹੈ ਨਹੀਂ, ਰੇਖ ਵੀ ਹੈ ਨਹੀਂ, ਦਿਸਦਾ ਵੀ ਨਹੀਂ, ਉਹਨੂੰ ਕਿਵੇਂ ਸਿਮਰੀਏ? ਸ਼ਗਲ ਤੋਂ ਬਿਨਾਂ, ਮਾਇਆ ਤੋਂ ਰਹਿਤ ਹੈ, ਪਹੁੰਚ ਤੋਂ ਪਰੇ ਹੈ, ਸੁਖੀ ਆ ਕੇ ਉਸਦੀ ਸਿਲਸਿਲਾ ਕਰੀਏ, ਜਿਸ ਨੂੰ ਆਪ ਸਮਝ ਦਿੰਦਾ ਹੈ ਉਹ ਪ੍ਰਭੂ ਦੇ ਰਾਹ ਤੇ ਤੁਰਦਾ, ਪੂਰੇ ਗੁਰੂ ਨੇ ਹੀ ਉਸਦਾ ਸਵੀਕਾਰ ਕਰਾਇਆ, ਗੁਰੂ ਸਵੀਕਾਰ ਕੀਤਿਆਂ ਹੀ ਉਹ ਮਿਲਦਾ ਹੈ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।